ਇੰਡੀਆ ਤੋਂ ਆਏ ਹੋਏ ਅਤੇ ਦੁਨੀਆ ਭਰ ਤੋਂ ਆਏ ਹੋਏ ਮੇਰੇ ਸਿੱਖ ਭਰਾ, ਭੈਣ, ਮਾਵਾਂ, ਬਜ਼ੁਰਗ ਸਭ ਨੂੰ ਮੇਰੇ ਵੱਲੋਂ ਅਤੇ ਨਵਾਜ਼ ਸ਼ਰੀਫ ਸਾਹਿਬ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਲਹਿੰਦੇ ਪੰਜਾਬ ਦੀ ਵਜ਼ੀਰ ਆਜ਼ਮ ਮਰੀਅਮ ਨਵਾਜ਼ ਨੇ ਵਿਸਾਖੀ ਦਾ ਤਿਉਹਾਰ ਇੰਡੀਆ ਤੋਂ ਆਏ ਸਿੱਖਾਂ ਦੇ ਨਾਲ ਨਨਕਾਣਾ ਸਾਹਿਬ ਮਨਾਇਆ ਅਤੇ ਸਿੱਖਾਂ ਦੇ ਵਾਸਤੇ, ਨਨਕਾਣਾ ਸਾਹਿਬ ਵਾਸਤੇ, ਸਿੱਖਾਂ ਦੇ ਜਿਹੜੇ ਮੁਕੱਦਸ ਮਕਾਮਾਤ ਹੈ ਉਹਨਾਂ ਵਾਸਤੇ ਮਰੀਅਮ ਨਵਾਜ਼ ਨੇ ਕੁਛ ਵੱਡੇ ਐਲਾਨਾਤ ਕੀਤੇ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੇ ਬਾਰੇ ਜਾਣਾਂਗੇ, ਸੋ ਚੱਲ ਕੇ ਵੀਡੀਓ ਦੇਖਦੇ ਹਾਂ, ਇਸ ਦੇ ਬਾਰੇ ਜਾਣਦੇ ਹਾਂ। ਇੰਡੀਆ ਤੋਂ ਆਏ ਹੋਏ ਅਤੇ ਦੁਨੀਆ ਭਰ ਤੋਂ ਆਏ ਹੋਏ ਮੇਰੇ ਸਿੱਖ ਭਰਾ, ਭੈਣ, ਮਾਵਾਂ, ਬਜ਼ੁਰਗ ਸਭ ਨੂੰ ਮੇਰੇ ਵੱਲੋਂ ਅਤੇ ਨਵਾਜ਼ ਸ਼ਰੀਫ ਸਾਹਿਬ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਅਤੇ ਤੁਹਾਨੂੰ, ਤੁਹਾਡਾ ਆਉਣਾ, ਤੁਹਾਡਾ ਇੱਥੇ ਆਉਣਾ, ਪਾਕਿਸਤਾਨ ਦੀ ਧਰਤੀ ਵਿੱਚ ਆਉਣਾ, ਬਾਬਾ ਗੁਰੂ ਨਾਨਕ ਜੀ ਦੀ ਧਰਤੀ 'ਤੇ ਆਉਣਾ, ਸਾਡੇ ਸਿਰ ਮੱਥੇ 'ਤੇ, ਸਾਡੀਆਂ ਸਿਰ ਅੱਖਾਂ 'ਤੇ, ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ 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 ਵਧਾਈਆਂ, ਖੁਸ਼ੀਆਂ ਹੋਣ ਜੀ ਆਇਆਂ ਨੂੰ। ਅਤੇ ਤੁਹਾਨੂੰ ਸਭ ਨੂੰ ਮੇਰੇ ਵੱਲੋਂ, ਨਵਾਜ਼ ਸ਼ਰੀਫ ਸਾਹਿਬ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ। ਅਤੇ ਸਭ ਨੂੰ ਖਾਲਸਾ ਜਨਮ ਦਿਨ ਦੀ ਮੁਬਾਰਕਬਾਦ, ਵਿਸਾਖੀ ਦੀ ਢੇਰ ਢੇਰ ਮੁਬਾਰਕਬਾਦ, ਵਧਾਈਆਂ। ਨਵਾਜ਼ ਸ਼ਰੀਫ ਸਾਹਿਬ ਨੇ ਤੁਹਾਨੂੰ ਵਧਾਈਆਂ ਵੀ ਭੇਜੀਆਂ ਨੇ ਅਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਦਾ ਵੀ ਮੈਨੂੰ ਕਿਹਾ ਕਿ ਮੇਰੇ ਵੱਲੋਂ ਉੱਥੋਂ ਕਹਿ ਦੇਈਂ, ਪਰ ਮੈਨੂੰ ਅੱਜ ਅਫਸੋਸ ਹੈ ਕਿ ਉਹ ਮੇਰੇ ਨਾਲ ਨਹੀਂ ਆਏ। ਉਹਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ, ਕਿਉਂਕਿ ਮੈਨੂੰ ਯਾਦ ਹੈ ਜਦੋਂ ਉਹ ਪਹਿਲੇ ਪ੍ਰਾਈਮ ਮਿਨਿਸਟਰ ਸਨ, 99 ਦੀ ਗੱਲ ਹੈ, ਅਤੇ ਇਹ ਰਮੇਸ਼ ਸਿੰਘ ਅਰੋੜਾ ਸਾਹਿਬ ਇੱਥੇ ਖਲੋਤੇ ਹੋਏ ਨੇ, ਕਿੱਥੇ ਗਏ ਨੇ? ਹਾਂਜੀ, ਇਹ ਮੇਰਾ ਵੀਰ ਇੱਥੇ ਖਲੋਤਾ ਹੋਇਆ। ਇਹਨਾਂ ਦੇ ਨਾਲ ਮੀਆਂ ਸਾਹਿਬ ਨੂੰ ਇੱਕ ਪਿਆਰ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਸਿੱਖ ਭਰਾ ਨੇ ਉਹ ਬਾਰਡਰ ਤੋਂ ਪਾਰ ਉਹ ਦੂਰਬੀਨ ਨਾਲ ਵੇਖਦੇ ਨੇ ਅਤੇ ਉਹਨਾਂ ਦੇ ਵਾਸਤੇ ਰਾਸਤੇ ਖੋਲੋ, ਬਾਰਡਰ ਖੋਲੋ ਤਾਂ ਕਿ ਉਹ ਆਉਣ। ਅਤੇ ਅੱਜ ਮੈਨੂੰ ਇੱਥੇ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਅਤੇ ਮੈਂ ਇਹਨਾਂ ਨੂੰ ਸਪੈਸ਼ਲ ਇੰਸਟਰਕਸ਼ਨਸ ਦਿੱਤੀਆਂ। ਮੈਂ ਇਹਨਾਂ ਨੂੰ ਕਿਹਾ ਕਿ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਜਿਹੜੀ ਸੜਕ ਦਾ ਇਹਨਾਂ ਨੇ ਮੈਨੂੰ ਕਿਹਾ ਹੈ, ਉਹ ਸੜਕ ਦਾ ਮੈਂ ਪਹਿਲੇ ਹੀ ਆਰਡਰ ਦੇ ਕੇ ਆਈ ਹਾਂ ਕਿ ਜਲਦੀ ਜਲਦੀ ਉਹ ਸੜਕ ਨੂੰ ਅਤੇ ਮੇਰਾ ਅੱਜ ਮੈਨੂੰ ਆਪਣਾ ਪਿੰਡ ਵੀ ਯਾਦ ਆ ਗਿਆ ਜਿੱਥੋਂ ਦੀ ਮੈਂ ਹੈ, ਜਾਤੀ ਉਮਰਾ ਅੰਮ੍ਰਿਤਸਰ। ਅਤੇ ਮੈਨੂੰ ਯਾਦ ਹੈ ਕਿ ਮੇਰੇ ਦਾਦਾ, ਅੱਲਾ ਬਖਸ਼ੇ ਉਹਨਾਂ ਨੂੰ, ਬੜਾ ਉਹ ਯਾਦ ਕਰਦੇ ਸੀ। ਅਤੇ ਮੈਨੂੰ ਅੱਜ ਵੀ ਪਤਾ ਹੈ ਕਿ ਜਾਤੀ ਉਮਰਾ ਜਿਹੜਾ ਇੰਡੀਅਨ ਸਾਈਡ ਹੈ, ਜਿਹੜੇ ਜਿੱਥੇ ਅਸੀਂ ਹੁਣ ਰਹਿੰਦੇ ਹਾਂ ਲਾਹੌਰ, ਉਹਦਾ ਨਾਂ ਵੀ ਮੇਰੇ ਦਾਦਾ ਨੇ ਜਾਤੀ ਉਮਰਾ ਰੱਖਿਆ ਹੋਇਆ। ਅਤੇ ਜਿਹੜਾ ਇੰਡੀਆ ਦੀ ਸਾਈਡ 'ਤੇ ਜਾਤੀ ਉਮਰਾ ਸੀ, ਜਿੱਥੇ ਮੇਰੇ ਦਾਦਾ ਪੈਦਾ ਹੋਏ, ਪਲੇ ਬੜੇ, 14-15 ਸਾਲ ਸੀ ਜਦੋਂ ਲਾਹੌਰ ਆ ਗਏ ਸੀ, ਫਿਰ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਹਨਾਂ ਨੇ। ਮੈਨੂੰ ਪਤਾ ਹੈ ਕਿ ਉਹਨਾਂ ਦਾ ਜਿਹੜਾ ਕਾਰ ਹੈ ਜਾਤੀ ਉਮਰਾ ਦੇ ਵਿੱਚ, ਉਹਨੂੰ ਅੱਜ ਵੀ ਪ੍ਰਿਜ਼ਰਵ ਕੀਤਾ ਹੋਇਆ ਉਹਨਾਂ ਨੇ। ਅਤੇ ਉਹਨਾਂ ਦੇ ਕਾਰ ਦਾ ਜਿਹੜਾ ਦਰਵਾਜ਼ਾ ਹੈ ਉਹਨੂੰ ਉਹਨਾਂ ਨੇ ਪ੍ਰਿਜ਼ਰਵ ਕਰਕੇ, ਜੋ ਉਨਕੀ ਜੋ ਰਹਿਣੇ ਕੀ ਜਗ੍ਹਾ ਸੀ ਜਿੱਥੇ ਉਹ ਰਹਿੰਦੇ ਸੀ ਉਹ ਕਾਰ, ਅਤੇ ਉੱਥੇ ਉਹਨਾਂ ਨੇ ਇਬਾਦਤ ਗਾਹ ਬਣਾਈ ਹੈ।
ਅਤੇ ਘਰ ਦਾ ਦਰਵਾਜ਼ਾ ਅੱਜ ਵੀ ਉਸ ਤਰ੍ਹਾਂ ਹੀ ਰੱਖਿਆ ਹੋਇਆ। ਅਤੇ ਜਦੋਂ ਕੋਈ ਇੰਡੀਆ ਤੋਂ ਇੱਕ ਵਾਰੀ ਕੋਈ ਜਾਤੀ ਉਮਰਾ ਤੋਂ ਆਇਆ ਅਤੇ ਉਹ ਮਿੱਟੀ ਲੈ ਕੇ ਆਇਆ ਉੱਥੇ ਦੀ, ਤਾਂ ਉਹ ਮੈਂ ਆਪਣੇ ਦਾਦਾ ਦੀ ਕਬਰ ਦੇ ਉੱਤੇ ਪਾ ਦਿੱਤੀ। ਜੀ 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 ਅਤੇ ਮੈਂ ਜਦੋਂ ਚੀਫ ਮਿਨਿਸਟਰ ਬਣੀ ਅਤੇ ਮੈਨੂੰ ਇੰਡੀਆ ਦੇ ਪੰਜਾਬ ਤੋਂ ਵੀ ਬੜੀਆਂ ਮੁਬਾਰਕਾਂ ਆਈਆਂ। ਮੈਨੂੰ ਅਰੋੜਾ ਸਾਹਿਬ ਨੇ ਦੱਸਿਆ ਕਿ ਇਹਨਾਂ ਨੂੰ ਫੋਨ ਆ ਰਹੇ ਨੇ, ਅਤੇ ਮੈਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਇਹ ਬਾਰਡਰ ਵਿੱਚ ਨਹੀਂ ਹੈਗਾ। ਅਤੇ ਲੋਕਾਂ ਨੇ ਪੰਜਾਬ ਦੇ, ਚਾਹੇ ਉਹ ਇਸ ਪੰਜਾਬ ਦੇ ਹੋਣ ਜਾਂ ਇੰਡੀਅਨ ਪੰਜਾਬ ਦੇ ਹੋਣ, ਉਹਨਾਂ ਨੇ ਇੱਕ ਬੇਟੀ, ਪਹਿਲੀ ਬੇਟੀ ਜਿਹੜੀ ਇੰਡੀਅਨ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਬਣੀ, ਉਹਨਾਂ ਨੇ ਬੜਾ ਸੈਲੀਬ੍ਰੇਟ ਕੀਤਾ। ਅਤੇ ਅੱਜ ਮੈਨੂੰ ਆ ਕੇ ਅਹਿਸਾਸ ਹੋਇਆ ਕਿ ਇਹ ਗੱਲ ਸੱਚ ਹੈ। ਬੋਲੇ ਅਤੇ ਅੱਜ ਮੈਂ ਦਰਾਂਤੀ ਦੇ ਨਾਲ ਗੰਦਮ ਦੀ ਕਟਾਈ ਦਾ ਆਗਾਜ਼ ਕਰਕੇ ਆਈ ਹਾਂ। ਅੱਜ ਮੈਂ ਪਹਿਲੀ ਵਾਰੀ ਕੀਤੀ, ਮੈਨੂੰ ਕਰਨੀ ਵੀ ਨਹੀਂ ਆ ਰਹੀ ਸੀ। ਮੈਂ ਉਹਨਾਂ ਕੋਲੋਂ ਪੁੱਛਿਆ, ਮੈਂ ਕਿਹਾ ਕਰੀਦਾ ਕਿਸ ਤਰ੍ਹਾਂ, ਅਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਕਰੀਦਾ। ਅਤੇ ਮੈਨੂੰ ਇਹ ਖੁਸ਼ੀ ਹੈ, ਮੈਂ ਸੁਣਿਆ ਸੀ, ਮੈਂ ਪੜ੍ਹਿਆ ਵੀ ਸੀ ਕਿ ਇੱਥੇ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਸੀ, ਉਹਨਾਂ ਨੇ ਇਹ ਉਹਨਾਂ ਦੇ ਖੇਤ ਸਨ, ਉਹਨਾਂ ਨੇ ਇੱਥੇ ਖੁਦ ਜਿਹੜੀ ਕਟਾਈ ਕਰਦੇ ਸਨ, ਗੰਦਮ ਕਾਸ਼ ਕਰਦੇ ਸਨ, ਅਤੇ ਫਿਰ ਖੁਦ ਰੋਟੀ ਪਕਾ ਕੇ ਲੋਕਾਂ ਦੀ ਸੇਵਾ ਵੀ ਕਰਦੇ ਸਨ। ਅਤੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਇਹ ਜਿਹੜੀ ਗੰਦਮ ਹੈ ਇੱਥੋਂ ਦੀ, ਹੁਣ ਉਹ ਲੋਕਾਂ ਦੀ ਜਿਹੜੀ ਲੰਗਰ ਸਾਹਿਬ ਹੈ ਉੱਥੇ ਇਸਤੇਮਾਲ ਹੋਏਗੀ ਲੋਕਾਂ ਦੀ ਸੇਵਾ 'ਤੇ। ਅੱਜ ਅਸੀਂ ਸਰਕਾਰੀ ਤੌਰ 'ਤੇ ਪਹਿਲੀ ਵਾਰੀ ਜਿਹੜਾ ਵਿਸਾਖੀ ਦਾ ਤਿਉਹਾਰ ਮਨਾ ਰਹੇ ਹਾਂ, ਅਤੇ ਤੁਸੀਂ ਸਾਰੇ ਪੰਜਾਬ ਦੇ ਹੋ, ਮੈਂ ਵੀ ਪਾਕਿਸਤਾਨੀ ਹਾਂ, ਲੇਕਿਨ ਮੈਂ ਵੀ ਠੇਠ ਪੰਜਾਬੀ ਹਾਂ। ਬੋਲੇ ਸੋਨਿਆ। ਅਤੇ ਮੈਂ ਜਾਣਦੀ ਹਾਂ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਖੁਸ਼ ਹੋਣਾ ਜਾਣਦੇ ਨੇ, ਉਹਨਾਂ ਨੂੰ ਖੁਸ਼ੀਆਂ ਮਨਾਉਣੀ ਆਉਂਦੀ ਹੈ। ਅਤੇ ਮੈਂ ਇੱਥੇ ਆ ਕੇ ਅੱਜ ਬਹੁਤ ਖੁਸ਼ ਹੋਈ ਹਾਂ, ਔਰ ਵਿਸਾਖੀ ਦਾ ਤਿਉਹਾਰ ਤੁਹਾਡੇ ਨਾਲ ਮਨਾ ਕੇ ਮੈਂ ਬਹੁਤ ਖੁਸ਼ ਹੋਈ ਹਾਂ। ਪੰਜਾਬ ਤੁਹਾਡੇ ਸਾਰਿਆਂ ਦੀ ਤਰ੍ਹਾਂ ਮੇਰੇ ਦਿਲ 'ਚ ਵਸਦਾ ਹੈ। ਅਸੀਂ ਪੰਜਾਬ 'ਚ ਵਸਦੇ ਹਾਂ, ਪੰਜਾਬ ਸਾਡੇ ਦਿਲ 'ਚ ਵਸਦਾ ਹੈ, ਅਤੇ ਸਾਡਾ ਇੱਕ ਇਹ ਰਿਸ਼ਤਾ ਵੀ ਹੈਗਾ। ਅਤੇ ਮੈਂ ਹੁਣੇ ਗਈ ਸਾਂ ਬਾਰਡਰ 'ਤੇ, ਅਤੇ ਦੂਸਰੀ ਸਾਈਡ 'ਤੇ ਗੁਰਦਾਸਪੁਰ ਸੀ। ਇਹ ਸਾਡੇ ਪੰਜਾਬ ਦੇ ਪਹਿਲੇ ਨਹੀਂ ਬਲਕਿ ਪਾਕਿਸਤਾਨ ਦੇ ਪਹਿਲੇ ਅਰੋੜਾ ਸਾਹਿਬ ਜਿਹੜੇ ਨੇ, ਮੇਰੇ ਜਿਹੜੇ ਭਰਾ ਨੇ, ਇਹ ਪੰਜਾਬ ਦੇ ਪਹਿਲੇ, ਪਾਕਿਸਤਾਨ ਦੇ ਪਹਿਲੇ ਸਿੱਖ ਮਿਨਿਸਟਰ ਨੇ। ਇਹ ਵੀ ਨਵਾਜ਼ ਸ਼ਰੀਫ ਸਾਹਿਬ ਦੀ ਹਕੂਮਤ ਹੈ, ਉਹਦੇ ਵਿੱਚ ਪਹਿਲਾ ਕੋਈ ਸਿੱਖ ਜਿਹੜਾ ਸਾਡਾ ਭਰਾ ਹੈ ਉਹ ਮਿਨਿਸਟਰ ਬਣਿਆ। ਅਤੇ ਮੈਨੂੰ ਪੂਰੀ ਦੁਨੀਆ ਦੇ ਸਿੱਖਾਂ ਦੀ ਮੁਬਾਰਕਬਾਦ ਆਈ। ਜਦੋਂ ਪਾਰਲੀਮੈਂਟ 'ਚ ਮੈਂ ਇਹਨਾਂ ਨੂੰ ਬੈਠੇ ਦੇਖਦੀ ਹਾਂ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਅਤੇ ਮੈਂ ਲੇਕਿਨ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ 90s ਦੇ ਵਿੱਚ ਇਹ ਜਦੋਂ MPA ਬਣੇ, ਤਾਂ ਸਭ ਤੋਂ ਪਹਿਲੇ MPA ਥੇ ਇਹ ਪੰਜਾਬ, ਸੋਰੀ ਪਾਕਿਸਤਾਨ ਮੇਂ ਸਿੱਖ MPA ਨਵਾਜ਼ ਸ਼ਰੀਫ ਸਾਹਿਬ ਨੇ ਇਨਕੋ ਬਣਾਇਆ ਥਾ। ਅਤੇ ਇਹਨਾਂ ਨੇ ਕਿਹਾ ਕਿ ਜਦੋਂ ਸੜਕਾਂ ਵੇਖੋ, ਮੋਟਰਵੇਜ਼ ਦੇਖੋ, ਤਰੱਕੀ ਦੇਖੋ, ਤਾਂ ਤੁਹਾਨੂੰ ਨਵਾਜ਼ ਸ਼ਰੀਫ ਯਾਦ ਆਉਂਦਾ। ਮੈਂ ਜਦੋਂ ਸਿਰਫ ਤਰੱਕੀ ਅਤੇ ਮੋਟਰਵੇ, ਸੜਕਾਂ, ਟਰਾਂਸਪੋਰਟ ਸਿਸਟਮ, ਇਹ ਸਾਰਾ ਕੁਛ ਜਿਹੜਾ ਕੀਤਾ ਨਵਾਜ਼ ਸ਼ਰੀਫ ਨੇ ਕੀਤਾ, ਇਹ ਗੱਲ ਸੱਚ ਹੈ। ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਬਾਰਡਰ ਖੁੱਲ੍ਹਦਾ, ਤੁਸੀਂ ਇੱਥੇ ਆਉਂਦੇ ਹੋ, ਆਪਣੇ
ਮੁਕੱਦਸ ਮਕਾਮਾਤ 'ਤੇ ਆਉਂਦੇ ਹੋ ਤਾਂ ਵੀ ਮੈਨੂੰ ਨਵਾਜ਼ ਸ਼ਰੀਫ ਯਾਦ ਆਉਂਦਾ, ਕਿਉਂ ਕਹਿੰਦਾ ਸੀ ਨਹੀਂ ਲੜਾਈ ਨਹੀਂ ਕਰਨੀ ਹਮਸਾਇਆਂ ਨਾਲ, ਦਰਵਾਜ਼ੇ ਖੋਲੋ, ਦੋਸਤੀ ਦੇ ਦਰਵਾਜ਼ੇ ਖੋਲੋ, ਦਿਲਾਂ ਦੇ ਦਰਵਾਜ਼ੇ ਖੋਲੋ, ਮੁਲਕਾਂ ਦੇ ਦਰਵਾਜ਼ੇ ਖੋਲੋ। ਅਤੇ ਮੈਂ ਪੰਜਾਬ ਦੀ ਧੀ ਹੋਣ ਦੇ ਨਾਤੇ, ਤੁਹਾਡੀ ਭੈਣ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ, ਚਾਹੇ ਉਹ ਇੰਡੀਅਨ ਪੰਜਾਬ ਹੋਏ ਜਾਂ ਪੰਜਾਬ ਪਾਕਿਸਤਾਨੀ ਪੰਜਾਬ ਹੋ, ਮੈਂ ਆਪਣੇ ਬਜ਼ੁਰਗਾਂ ਦਾ, ਆਪਣੇ ਜਿਹੜੇ ਭਰਾ ਨੇ ਉਹਨਾਂ ਦਾ, ਸਭ ਦਾ ਜਿਹੜਾ ਪੱਗ ਹੈ ਉਹਦਾ ਸ਼ਿਮਲਾ ਮੈਂ ਇਨਸ਼ਾਅੱਲਾ ਉੱਚਾ ਰੱਖਾਂਗੀ। ਅਤੇ ਪਾਕਿਸਤਾਨ ਦਾ ਇਜ਼ਾਜ਼ ਹੈ, ਮੇਰਾ ਇਜ਼ਾਜ਼ ਹੈ, ਪੰਜਾਬ ਦਾ ਇਜ਼ਾਜ਼ ਹੈ, ਪਾਕਿਸਤਾਨੀ ਹੋਣੇ ਦੇ ਨਾਤੇ ਮੇਰਾ ਇਜ਼ਾਜ਼ ਹੈ ਕਿ ਪਾਕਿਸਤਾਨ ਉਹ ਇਹ ਜਗ੍ਹਾ ਹੈ ਜਿੱਥੇ ਚੰਦ ਹਫ਼ਤਿਆਂ ਦੇ ਅਰਸੇ ਵਿੱਚ ਅਸੀਂ ਰਮਜ਼ਾਨ ਵੀ ਮਨਾਇਆ, ਈਦ ਵੀ ਮਨਾਈ, ਈਸਟਰ ਵੀ ਮਨਾਇਆ, ਅਤੇ ਅਸੀਂ ਹੁਣ ਇਹ ਵਿਸਾਖੀ ਦਾ ਮੇਲਾ ਵੀ ਮਨਾ ਰਹੇ ਹਾਂ, ਅਤੇ ਵਿਸਾਖੀ ਦਾ ਤਿਉਹਾਰ ਵੀ ਮਨਾ ਰਹੇ ਹਾਂ, ਹੋਲੀ ਮਨਾਈ ਅਸੀਂ। ਮੈਂ ਸਮਝਦੀ ਹਾਂ ਕਿ ਸਾਡੇ ਦਿਲ ਬਹੁਤ ਵੱਡੇ ਨੇ, ਔਰ ਜਦੋਂ ਇੱਕ ਦੂਸਰੇ 'ਤੇ ਮੁਸੀਬਤ ਆਉਂਦੀ ਹੈ, ਅੱਲਾ ਨਾ ਕਰੇ ਕਦੀ ਆਏ, ਜਦੋਂ ਇੱਕ ਦੂਸਰੇ 'ਤੇ ਮੁਸ਼ਕਿਲ ਵਕਤ ਆਉਂਦਾ ਹੈ, ਸਭ ਆਪਣੇ ਦਿਲ ਦੇ ਵੀ ਦਰਵਾਜ਼ੇ ਖੋਲ੍ਹਦੇ ਨੇ, ਸਭ ਦੁਆ ਵਾਸਤੇ ਹੱਥ ਵੀ ਉਠਾਉਂਦੇ ਨੇ। ਅਤੇ ਮੇਰਾ ਦਿਲ ਹੈ ਕਿ ਪਾਕਿਸਤਾਨ ਉਹ ਐਸੀ ਜਗ੍ਹਾ ਬਣੇ ਜਿੱਥੇ ਤੁਸੀਂ ਉਹਨੇ ਕਿਹਾ ਕਿ ਅਸੀਂ ਮਾਈਨੋਰਿਟੀਜ਼ ਦੇ ਵਿੱਚ ਵੀ ਮਾਈਨੋਰਿਟੀਜ਼ ਹਾਂ, ਐਸਾ ਨਹੀਂ ਹੈ, ਤੁਸੀਂ ਚਾਹੇ ਭਾਵੇਂ 15,000 ਹੋਵੋ ਜਾਂ 25,000 ਹੋਵੋ ਜਾਂ 25 ਲੱਖ ਹੋ, ਸਾਡੇ ਸਿਰ ਅੱਖਾਂ 'ਤੇ ਬੋਲੇ। ਅਤੇ ਮੈਂ ਬਾਬਾ ਗੁਰੂ ਨਾਨਕ ਜੀ ਦਾ ਮੈਂ ਬੜਾ ਮੁਤਾਲਾ ਵੀ ਕੀਤਾ ਹੈ, ਮੇਰਾ ਇੰਟਰਸਟ ਵੀ ਹੈ, ਖੇਤੀ ਸਾਹਿਬ ਤੋਂ ਮੈਂ ਹੁਣੇ ਆਈ ਹਾਂ, ਅਤੇ ਅੱਜ ਮੈਂ ਲੰਗਰ ਸਾਹਿਬ ਵੀ ਜਾਣਾ ਤੁਹਾਡੇ ਨਾਲ, ਮੈਂ ਖਾਣਾ ਵੀ ਖਾਣਾ। ਅਤੇ ਮੈਂ 3 ਉਹਨਾਂ ਦੀ ਤਾਲੀਮਾਤ ਸਨ, ਇੱਕ ਨਾਮ ਜਪਣਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਸ ਪੂਰੇ ਕਾਇਨਾਤ ਦਾ, ਪੂਰੇ ਯੂਨੀਵਰਸ ਦਾ ਇੱਕ ਹੀ ਤਾਕਤ ਹੈ ਜਿਹੜੀ ਉਹਨੂੰ ਚਲਾਉਂਦੀ ਹੈ, ਤੁਸੀਂ ਵੀ ਮੰਨਦੇ ਹੋ, ਅਸੀਂ ਵੀ ਮੰਨਦੇ, ਅੱਲਾਹ ਪਾਕ ਜ਼ਾਤ, ਅਤੇ ਉਹ ਜਿਹੜਾ ਵਾਹਿਦ ਉੱਤੇ ਬੈਠਿਆ ਹੋਇਆ, ਜਿਹੜਾ ਦੁਨੀਆ ਦਾ ਕਾਇਨਾਤ ਦਾ ਨਿਜ਼ਾਮ ਚਲਾ ਰਿਹਾ। ਅਤੇ ਦੂਸਰਾ ਕਿਰਤ ਕਰਨਾ, ਹਲਾਲ ਦੀ ਕਮਾਈ ਜਿਹੜੀ ਹੁੰਦੀ, ਕਿ ਆਪਣੀ ਮਿਹਨਤ ਕਰਕੇ ਕਮਾ ਕੇ ਖਾਣਾ, ਸਾਡਾ ਵੀ ਇਹੀ ਈਮਾਨ ਹੈ, ਸਾਨੂੰ ਵੀ ਸਾਡੇ ਮਜ਼ਹਬ ਨੇ, ਇਸਲਾਮ ਨੇ ਇਹੀ ਤਾਲੀਮ ਦਿੱਤੀ ਹੈ। ਅਤੇ ਫਿਰ ਜਿਹਨੂੰ ਕਹਿੰਦੇ ਵੰਡ ਛਕਣਾ, ਚੈਰਿਟੀ ਦਾ ਜੋ ਕੌਨਸੈਪਟ ਹੈ, ਜਿਹੜਾ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਾਡੀ ਜ਼ਕਾਤ ਦਾ ਜੋ ਕੌਨਸੈਪਟ ਹੈ ਸਾਡੇ ਦੀਨ ਦੇ ਵਿੱਚ, ਤੁਹਾਡਾ ਵੀ ਉਹੀ ਕੌਨਸੈਪਟ ਹੈ ਕਿ ਖਿਦਮਤ ਕਰੋ, ਵੰਡੋ ਲੋਕਾਂ ਨੂੰ, ਦਿਓ। ਮੈਨੂੰ ਬੜਾ ਅੱਛਾ ਲੱਗਦਾ, ਜਿਸ ਤਰ੍ਹਾਂ ਹਰ ਚੀਜ਼ ਦੇ ਨਾਲ ਤੁਸੀਂ ਸਾਹਬ ਲਾਉਂਦੇ ਹੋ, ਹਰ ਚੀਜ਼ ਦੇ ਨਾਲ ਤੁਸੀਂ ਜੀ ਲਾਉਂਦੇ ਹੋ, ਆਪ ਜੀ। ਮੈਂ ਹੁਣੇ ਮਰੀਮ ਔਰੰਗਜ਼ੇਬ ਸਾਹਿਬਾਂ ਨੂੰ ਕਹਿ ਰਹੀ ਸਾਂ, ਮੈਂ ਕਿਹਾ ਮੈਨੂੰ ਬੜਾ ਅੱਛਾ ਲੱਗਦਾ ਤੁਸੀਂ ਕਹਿ ਰਹੇ ਸੀ ਆਪ ਜੀ, ਅਤੇ ਹਰ ਚੀਜ਼ ਦੇ ਨਾਲ ਸਾਹਬ ਲਾਉਂਦੇ ਹੋ, ਇੱਜ਼ਤ ਕਰਦੇ ਹੋ, ਇੱਜ਼ਤ ਦਿੰਦੇ ਹੋ। ਇੱਕ ਮੇਰਾ ਬੜਾ ਦਿਲ ਕਰਦਾ ਹੈ ਕਿ ਤੁਸੀਂ ਜਿਹੜਾ ਤੁਸੀਂ ਜਿਸ ਤਰ੍ਹਾਂ ਇੰਡੀਆ ਦੇ ਪੰਜਾਬੀ ਜਿਸ ਤਰ੍ਹਾਂ ਪੰਜਾਬੀ ਖੁੱਲ੍ਹ ਕੇ ਬੋਲਦੇ ਨੇ, ਮੇਰਾ ਦਿਲ ਕਰਦਾ ਹੈ ਕਿ ਪਾਕਿਸਤਾਨੀ ਪੰਜਾਬੀ ਵੀ ਇਸ ਤਰ੍ਹਾਂ ਫਖਰ ਦੇ ਨਾਲ ਪੰਜਾਬੀ ਦੀ ਜ਼ੁਬਾਨ ਬਿਲਕੁਲ ਬੋਲੇ। ਅਤੇ ਮੈਂ ਇੱਥੇ ਤਾਂ ਮੈਂ ਅੱਜ ਆਈ ਹਾਂ, ਲੇਕਿਨ ਜਦੋਂ ਮੈਂ ਓਥ ਲਿੱਤਾ ਆਪਣਾ, ਅਤੇ ਉਸ ਤੋਂ ਬਾਅਦ ਮੈਂ ਟੂਰਿਜ਼ਮ ਦੇ ਉੱਤੇ ਕੰਮ ਕਰ ਰਹੀ ਸਾਂ, ਪਲਾਨ ਬਣਾ ਰਹੀ ਸਾਂ, ਅਤੇ ਮੈਂ ਦੇਖਿਆ ਕਿ ਇੱਕ ਪੂਰਾ ਕੋਰੀਡੋਰ ਬਣਦਾ ਹੈ ਤੁਹਾਡੀ ਜਿਹੜੀ ਮੁਕੱਦਸ ਮਕਾਮਾਤ ਦੇ ਉਹਨਾਂ ਦਾ। ਅਤੇ ਮੈਂ ਸੋਚ ਰਹੀ ਸਾਂ ਕਿ ਅਸੀਂ ਕੁਛ ਐਸਾ ਕਰੀਏ ਕਿ ਤੁਹਾਡੇ ਵਾਸਤੇ ਆਸਾਨੀ ਹੋਵੇ, ਜਦੋਂ ਤੁਸੀਂ ਇੱਥੇ ਆਓ ਤਾਂ ਤੁਹਾਨੂੰ ਰਹਿਣ ਸਹਿਣ ਦੀ ਕੋਈ ਬਿਹਤਰ ਕੋਈ
ਬੋਰਡਿੰਗ ਐਂਡ ਲੋਜਿੰਗ ਫੈਸਿਲਿਟੀਜ਼ ਤੁਹਾਨੂੰ ਮਿਲਣ, ਕੋਈ ਅੱਛੇ ਹੋਟਲ ਇੱਥੇ ਬਣਾਏ ਜਾਣ। ਮੈਨੂੰ ਕੈਨੇਡਾ ਤੋਂ, ਅਮੈਰੀਕਾ ਤੋਂ ਸਿੱਖਾਂ ਦੇ ਪੈਗਾਮਾਤ ਵੀ ਆਉਂਦੇ ਨੇ ਕਿ ਅਸੀਂ ਇਨਵੈਸਟ ਕਰਨਾ ਚਾਹੁੰਦੇ ਹਾਂ, ਸਾਨੂੰ ਦਿਓ ਮੌਕਾ, ਅਸੀਂ ਖਿਦਮਤ ਕਰਨਾ ਚਾਹੁੰਦੇ ਹਾਂ। ਅਤੇ ਮੈਂ ਸਭ ਨੂੰ ਕਹਿੰਦੀ ਹਾਂ ਕਿ ਜਿਹੜੇ ਕਰਨਾ ਚਾਹੁੰਦੇ ਨੇ ਇਨਵੈਸਟ, ਉਹ ਸਾਡੇ ਨਾਲ ਰਾਬਤਾ ਕਰਨ। ਲੇਕਿਨ ਅਸੀਂ ਵੀ, ਪੰਜਾਬ ਹਕੂਮਤ ਵੀ, ਪਾਕਿਸਤਾਨ ਦੀ ਹਕੂਮਤ ਵੀ, ਅਸੀਂ ਚਾਹੁੰਦੇ ਹਾਂ ਕਿ ਉਸ ਪੂਰੇ ਕੋਰੀਡੋਰ ਦੇ ਜਿਹੜੇ ਤੁਹਾਡੇ ਜਿੰਨੇ ਵੀ ਮਕਾਮਾਂ ਅਤੇ ਮੁਕੱਦਸਾਂ ਨੇ, ਅਸੀਂ ਉਹਨਾਂ ਨੂੰ ਡਿਵੈਲਪ ਕਰੀਏ। ਅਸੀਂ ਉਹਨਾਂ ਦੇ ਇਰਦ ਗਿਰਦ ਕੋਈ ਰਹਿਣ ਦੀ ਕੋਈ ਅੱਛੀ ਫੈਸਿਲਿਟੀਜ਼ ਅੱਛੀ ਦਈਏ, ਟਰਾਂਸਪੋਰਟ ਦੀ, ਸਿਕਿਉਰਿਟੀ ਦੀ, ਤੁਹਾਨੂੰ ਤੁਹਾਡੀ ਸੇਫਟੀ ਦੀ ਪੂਰੇ ਇੰਤਜ਼ਾਮਾਤ ਕਰੀਏ। ਤਾਂ ਇਨਸ਼ਾਅੱਲਾ ਅਸੀਂ ਉਹ ਜ਼ਰੂਰ ਕਰਾਂਗੇ। ਔਰ ਜਿੰਨੇ ਸਿੱਖ ਮੇਰੇ ਭਾਈ ਭੈਣ ਦੁਨੀਆ ਮੇ ਬਜ਼ੁਰਗ ਜੋ ਸੁਣ ਰਹੇ ਹੈ, ਆਪਕੇ ਲਈ ਆਪਕੇ ਮਕਾਮਾਤ ਮੁਕੱਦਸਾ ਔਰ ਪਾਕਿਸਤਾਨ ਕੀ ਧਰਤੀ ਕੇ ਦਰਵਾਜ਼ੇ ਖੁੱਲ੍ਹੇ ਹੈ, ਤੁਹਾਡੇ ਵਾਸਤੇ ਸਾਰੇ ਦਰਵਾਜ਼ੇ ਖੁੱਲ੍ਹੇ ਨੇ। ਤੁਸੀਂ ਆਓ, ਜਮ ਆਓ ਅਤੇ ਇੱਥੇ ਆ ਕੇ ਆਪਣਾ ਦੇਖੋ, ਰਵੋ, ਖੁਸ਼ੀਆਂ ਮਨਾਓ, ਅਸੀਂ ਤੁਹਾਡੇ ਨਾਲ ਹਾਂ। ਔਰ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮੇਰੀ ਹਕੂਮਤ ਅਤੇ ਮੈਂ ਪੂਰੀ ਤਰ੍ਹਾਂ ਤੁਹਾਨੂੰ ਤੁਹਾਡੀ ਦੇਖਭਾਲ ਕਰੀਏ, ਤੁਹਾਨੂੰ ਪੂਰੀ ਇੱਜ਼ਤ ਦੇ ਨਾਲ ਲੈ ਕੇ ਆਈਏ ਅਤੇ ਵਾਪਸ ਬਾਰਡਰ 'ਤੇ ਛੱਡ ਕੇ ਆਈਏ। ਬਿਲਕੁਲ, ਮੇਰੀ ਦੁਆ ਹੈ ਕਿ ਤੁਸੀਂ ਸਾਰੇ ਖੈਰ ਨਾਲ ਆਪਣੇ ਘਰ ਜਾਓ, ਖੁਸ਼ੀਆਂ ਦੇ ਨਾਲ ਰਹੋ, ਹੱਸਦੇ ਰਹੋ, ਵੱਸਦੇ ਰਹੋ। ਬੜੀ ਮਿਹਰਬਾਨੀ ਤੁਹਾਡੀ, ਬੜੀ ਖੁਸ਼ੀ ਹੋਈ ਮੈਨੂੰ ਅੱਜ ਆ ਕੇ ਇੱਥੇ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮਿਹਰਬਾਨੀ। ਔਰ ਮੈਂ ਸਿਕਿਉਰਿਟੀ ਕੋ ਔਰ ਆਪਣੇ ਟੀਮ ਕੋ ਇਹ ਕਹਿਣਾ ਚਾਹਤੀ ਹੂੰ ਕਿ ਇਹ ਇਬਾਦਤ ਕੀ ਜਗ੍ਹਾ ਹੈ ਇਨਕੀ, ਤੋ ਇਧਰ ਜ਼ਰਾ। ਵੀਰੋ, ਤੁਸੀਂ ਦੇਖਿਆ ਕਿ ਪੰਜਾਬ ਦੀ, ਲਹਿੰਦੇ ਪੰਜਾਬ ਦੀ ਜਿਹੜੀ ਵਜ਼ੀਰੇ ਆਜ਼ਮ ਹੈਗੀ ਹੈ, ਵਜ਼ੀਰੇ ਆਲਾ ਜਿਹਨੂੰ ਸੀ ਐੱਮ ਕਹਿੰਦੇ ਆ, ਮਰੀਮ ਨਵਾਜ਼ ਸ਼ਰੀਫ ਨੇ ਬੜਾ ਚੰਗਾ ਕਦਮ ਚੁੱਕਿਆ ਹੋਇਆ ਕਿ ਉਹਨਾਂ ਨੇ ਵੀ ਜਾ ਕੇ ਪਹਿਲੀ ਦਫਾ ਸਰਕਾਰੀ ਤੌਰ 'ਤੇ ਉਹਨਾਂ ਨੇ ਜਾ ਕੇ ਉੱਥੇ ਪਵਿੱਤਰ ਅਸਥਾਨਾਂ ਦਾ ਦੌਰਾ ਵੀ ਕੀਤਾ ਹੋਇਆ ਅਤੇ ਉੱਥੇ ਜਾ ਕੇ ਜਿਹੜਾ ਸਿੱਖਾਂ ਦਾ ਤਿਉਹਾਰ ਸੀ, ਉਹ ਸਿੱਖਾਂ ਦਾ ਤਿਉਹਾਰ ਪੂਰੀਆਂ ਖੁਸ਼ੀਆਂ ਉਹਨਾਂ ਨੇ, ਮਰੀਮ ਨਵਾਜ਼ ਨੇ ਉਹਨਾਂ ਦੇ ਨਾਲ ਮਨਾਈਆਂ ਹੋਇਆ। ਅਤੇ ਵੀਰੋ ਦੇਖੋ, ਅਗਰ ਸਾਡੇ ਹੁਕਮਰਾਨ ਇਸ ਤਰ੍ਹਾਂ ਕਰਨਗੇ, ਇੱਕ ਦੂਸਰੇ ਦੇ ਨਾਲ ਮਿਲਣਗੇ, ਆਵਾਮ ਨੂੰ ਖੁਸ਼ ਆਮਦੀਦ ਕਹਿਣਗੇ, ਵੈਲਕਮ ਕਹਿਣਗੇ, ਪਿਆਰ ਮੁਹੱਬਤ ਦਾ ਪੈਗਾਮ ਦੇਣਗੇ, ਅਤੇ ਫਿਰ ਜਿਹੜੀਆਂ ਦਿਲਾਂ ਵਿੱਚ ਦੂਰੀਆਂ ਵਿੱਚ ਨਫ਼ਰਤਾਂ ਵੇ ਉਹ ਆਪਣੇ ਆਪ ਖਤਮ ਹੋਣਗੀਆਂ। ਉਹਨਾਂ ਨੇ ਹੋਰ ਬੜੇ ਵੱਡੇ ਐਲਾਨ ਕੀਤੇ ਵਿਸਾਖੀ ਦੇ ਮੌਕੇ 'ਤੇ ਕਿ ਸਿੱਖਾਂ ਦੇ ਨਾਲ ਅਸੀਂ ਇਹਨਾਂ ਨੂੰ ਚੰਗੀ ਰਿਹਾਇਸ਼ ਦੇਵਾਂਗੇ, ਹੋਟਲ ਦੇ ਇੰਤਜ਼ਾਮਾਤ ਕੀਤੇ ਜਾਣਗੇ, ਅਤੇ ਸਿੱਖਾਂ ਨੂੰ ਇਹ ਵੀ ਇਜਾਜ਼ਤ ਹੋਏਗੀ ਕਿ ਇੱਥੇ ਆਣ ਕੇ ਇਨਵੈਸਟਮੈਂਟ ਕਰਨ, ਆਪਣੇ ਉਹ ਆਪਣਾ ਕਾਰੋਬਾਰ ਵੀ ਕਰ ਸਕਣ। ਇਹ ਇੱਕ ਬੜੀ ਹੀ ਅੱਛੀ ਗੱਲ ਹੈ ਜਿਹਦੇ ਨਾਲ ਹੋਰ ਪਿਆਰ ਮੁਹੱਬਤ ਦਾ ਮਾਹੌਲ ਬਣੇਗਾ, ਜਿਹੜੀਆਂ ਨਫ਼ਰਤਾਂ ਵਿੱਚ ਦੂਰੀਆਂ ਉਹ ਖਤਮ ਹੋਣਗੀਆਂ, ਅਤੇ ਜਦੋਂ ਸਿੱਖ ਵੀਰ ਇੱਥੇ ਆਣ ਕੇ ਆਪਣੇ ਕਾਰੋਬਾਰ ਸ਼ੁਰੂ ਕਰਨਗੇ ਅਤੇ ਹੋਰ ਜ਼ਿਆਦਾ ਇੱਕ ਦੂਸਰੇ ਦੇ ਲਾਗੇ, ਦੋਨੇ ਪੰਜਾਬਾਂ ਦੇ ਜਿਹੜੇ ਹੈਗੇ, ਲਹਿੰਦਾ ਅਤੇ ਚੜ੍ਹਦਾ ਪੰਜਾਬ, ਇੱਕ ਦੂਸਰੇ ਦੇ ਬਹੁਤ ਲੱਗ ਗਿਆ ਜਾਣਗੇ। ਅਤੇ ਵੀਰੋ, ਇਹ ਬੜੀ ਖੁਸ਼ਾਇਮ ਗੱਲ ਹੈ ਕਿ ਸਿੱਖਾਂ ਨੂੰ ਦੇਖੋ ਕਿੰਨਾ ਸਨਮਾਨ ਦਿੱਤਾ ਜਾਂਦਾ। ਜਿਹੜੇ ਲੋਕ ਸੜਦੇ ਆ, ਜਿਹੜੇ ਕਹਿੰਦੇ ਆ ਕਿ ਸਿੱਖਾਂ ਨੂੰ ਕੋਈ ਸਨਮਾਨ ਨਹੀਂ ਦਿੱਤਾ ਜਾਂਦਾ, ਸਿੱਖਾਂ ਦੇ ਨਾਲ ਇੰਝ ਹੁੰਦਾ ਵਾ, ਵੀਰੋ ਦੇਖ ਲਓ ਕਿ ਪਾਕਿਸਤਾਨ ਦੇ ਅੰਦਰ ਇੱਕ ਸਿੱਖ ਨੂੰ ਮਨਿਸਟਰ ਬਣਾਇਆ ਗਿਆ। ਸਿੱਖ ਕਿੱਡੀ ਅਕਲੀਅਤ ਦੇ ਵਿੱਚ ਹੈ, ਬਹੁਤ ਥੋੜ੍ਹੇ ਹੈ, ਲੇਕਿਨ ਫਿਰ ਵੀ ਉਹਨਾਂ ਨੂੰ ਮਨਿਸਟਰ ਬਣਾਇਆ ਗਿਆ। ਸਿੱਖਾਂ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੈ, ਪੂਰੀ ਇੱਜ਼ਤ ਦਿੱਤੀ ਜਾਂਦੀ ਹੈ, ਸਨਮਾਨ ਦਿੱਤਾ ਜਾਂਦਾ ਵੈ, ਅਤੇ ਸਰਕਾਰੀ ਸਤ੍ਹਾ 'ਤੇ ਦਿੱਤਾ ਜਾਣ ਰਿਹਾ। ਤੁਸੀਂ ਦੇਖ ਲਿਆ ਕਿ ਵਜ਼ੀਰੇ ਆਲਾ ਪੰਜਾਬ ਮਰੀਮ ਨਵਾਜ਼ ਜਿਹੜੀ ਹੈ ਉਹ ਸਿੱਖਾਂ ਨੂੰ ਕਿੰਨਾ ਪ੍ਰੋਟੋਕੋਲ ਦੇ ਰਹੀ ਹੈ। ਵੀਰੋ, ਇਹ ਬਹੁਤ ਹੀ ਖੁਸ਼ਾਇਮ ਗੱਲ ਹੈ ਅਤੇ ਬਹੁਤ ਅੱਛਾ ਕਦਮ ਹੈ। ਦੋਨੇ ਤਰ੍ਹਾਂ ਦੀਆਂ ਤਰਫਾਂ ਦੀ ਜਿਹੜੀ ਹਕੂਮਤ ਹੈ ਉਹਨਾਂ ਨੂੰ ਇਸ ਤਰ੍ਹਾਂ ਦੇ ਇਕਦਾਮਾਤ ਕਰਨੇ ਚਾਹੀਦੇ ਹੈ। ਵੀਰੋ, ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।